पंजाबीओ बड़े दुख की गल है, आपां नूं 60-65 साल खेती करदे नूं हो गए, पर कुछ इहो जिहे किसान ने जिन्हां नूं हजे खेती करनी नहीं आई। बई एक बार इधर दिखाई, आ किसान ने कणक दे नाड़ नूं अग लाई है, तुसीं उह कोठी देख सकदे हो, उत्थों ने सीक खिचाती। पर आ दरख्त दी जिहड़े नाल सड़क दे वड्डे मेन रोड बरनाला तों मोगे वाला रोड है, इहदे नाल तकरीबन 65-60 दरख्त ने जिहड़े देख रहे ने। एक किसान ने एक डब्बी नाल एक सीख नाल अग ला के 50 तों 60 दरख्त आ जिहड़े मचाते। फिर आपां कसूर कर देंगे भी रब ने माड़ी करती, साडी कणक नहीं होई, कसूर किहदा? आपणा। सुणो मैं मोटी जी गल दसदा, ये जिहड़ा वाहन मचाया इहने किसान ने, इहदे विच किन्ना इहने यूरिया मचाता, किन्ना DAP मचाता, किन्ना सुपर मचाता, पर इहनूं कोई अंदाजा नहीं हैगा। इहने एक डब्बी घसाई ते जीव जंतु जिहड़े उह खतम हो गए, ते जिहड़े दरख्तां दे उपर मतलब पंछियां दे आंले बणे हुए सी उह सारे ने मचाते, ते 50 तों 60 दरख्त मचाते। एक किसान ने 50 तों 60 दरख्त मचाते, पर लाउंदा उह एक नहीं हैगा। इहदे वाहन दे विच देखो, तुहानूं कोठी दे कोले कदे दरख्त मिलणगे, हो रहे ने अपने किले दे वाहन दे विच एक भी दरख्त नहीं किते हैगा। ज्यों ज्यों आपां वातावरण नूं दूषित करी जाने, ला ला अगां सारे दरख्त आ जिहड़े खत्म करी जाने, उहदे नाल आपणा जिहड़ा तापमान उह वधी जांदा गा, ते दोष दिंदे आपां रब नूं, कह दिंदे आ कि झाड़ नहीं लिख रहा, झाड़ कहिंदे लिखू जदों गर्मी वध गई। जे आपां नूं एक दर एक एकड़ दे विच एक दरख्त लावांगे तां ही आपणा आउण वाले टाइम दे विच वातावरण आ जिहड़ा उह साफ सुथरा रहूगा, नहीं फिर आउण वाले 5 सालां दे विच आपां ਆਕਸੀਜਨ ਲੈਣ ਦੇ ਲਈ ਮੋਢਿਆਂ ਦੇ 5 ਕਿਲੋ ਵਾਲਾ ਪੰਪ ਧਰਨਾ ਪਊਗਾ, ਫਿਰ ਆਪਾਂ ਨੂੰ ਆਕਸੀਜਨ ਮਿਲੂਗੀ। ਅਤੇ ਮੈਂ ਤਾਂ ਇਹੋ ਜਿਹੇ ਮੂਰਖਤਾ ਨੂੰ ਇੱਕੋ ਹੀ ਕਹਿਣਾ ਗਾ, ਦਿਲ ਫਿੱਟੇ ਮੂੰਹ ਤੁਹਾਡੇ ਜਿਹੜੇ ਇਸ ਤਰ੍ਹਾਂ ਤੁਸੀਂ ਦਰਖਤਾਂ ਨੂੰ ਮਚਾ ਰਹੇ ਹੋ, ਕਿਉਂਕਿ ਤੁਸੀਂ ਉਹ ਲੋਕ ਹੋਗੇ ਜਿਹੜੇ ਇੱਕ ਦਰਖਤ ਲਾਉਂਦੇ ਨਹੀਂ ਹੈਗੇ, 50 ਮਚਾਉਣੇ ਹੋਗੇ। ਮੈਂ ਤਾਂ ਕਹਿਣਾ ਗਾ ਤੁਸੀਂ ਬਰਨਾਲੇ ਤੋਂ ਮੋਗਾ ਤੱਕ ਦੇਖ ਲਓ, ਸਾਰੇ ਦਰਖਤ ਦੋਨੇ ਸਾਈਡ ਇਸ ਤਰ੍ਹਾਂ ਹੀ ਮੱਚੇ ਹੋਏ ਨੇ। ਮੈਂ ਤਾਂ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਵੀ ਇਹੋ ਜਿਹੇ ਲੋਕਾਂ 'ਤੇ ਪਰਚਾ ਦਿੱਤਾ ਜਾਵੇ, ਤਾਂ ਜੋ ਇਹੋ ਜਿਹੇ ਲੋਕਾਂ ਨੂੰ ਮਾੜੀ ਮੋਟੀ ਆਗ ਲਾ ਸਕੇ, ਕਿਉਂਕਿ ਉਹ ਲੋਕ ਨੇ ਜਿਹੜੇ ਪੰਜਾਬ ਨੂੰ ਉਜਾੜਨ ਵਾਲੇ ਨੇਗੇ। ਇਹਨਾਂ ਨੂੰ ਐਂ ਨਹੀਂ ਪਤਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਬਿਲਕੁਲ ਕੰਗਾਲ ਹੋ ਜੂਗਾ, ਕਿਉਂਕਿ ਆਪਣਾ ਪਾਣੀ ਵੀ ਰਾਜਸਥਾਨ ਬਣਨ ਜਾ ਰਿਹਾ ਹੈਗਾ, ਪਾਣੀ ਖਤਮ ਹੋ ਰਿਹਾ, ਪਾਣੀ ਆਪਾਂ ਦੂਸ਼ਿਤ ਕਰਤਾ ਅਤੇ ਵਾਤਾਵਰਨ ਦੂਸ਼ਿਤ ਕਰਤਾ। ਤੁਸੀਂ ਆਹ ਦੇਖੋ, ਬਿਲਕੁਲ ਅੱਗ ਲਾ 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 ਸਾਰੇ ਦਰਖਤ ਨੇ ਜਿਹੜੇ ਇਹਨਾਂ ਨੇ ਖਤਮ ਕਰਤੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਸਾਰੇ ਕਹਿੰਦੇ ਨੇ ਰੱਬ ਨੇ ਐਤਕੀ ਮਾੜੀ ਕਰਤੀ, ਕਹਿੰਦੇ ਵੀ ਤਾਪਮਾਨ ਬਾਹਲਾ ਵੱਧ ਗਿਆ, ਪਰ ਤਾਪਮਾਨ ਨੂੰ ਵਧਾਉਣ ਵਾਲੇ ਕੌਣ ਆਗੇ? ਆਪਾਂ ਲੋਕ ਆਗੇ। ਜੇ ਆਪਾਂ ਅੱਗਾਂ ਲਾਉਂਦੇ ਆਗੇ ਦਰਖਤ ਮੱਚਦੇ ਨੇਗੇ, ਅਤੇ ਦਿਨੋਂ ਦਿਨ ਦਰਖਤ ਘਟੀ ਜਾਂਦਾ ਗਾ, ਤਾਪਮਾਨ ਵਧੀ ਜਾਂਦਾ ਹੈ। ਜਿਹੜਾ ਕਣਕ ਦਾ ਝਾੜ ਕੱਢਿਆ ਗਾ ਉਹ ਕੁਦਰਤੀ ਦੇਣ ਨਹੀਂ ਹੈਗਾ, ਉਹ ਆਪਣੇ ਲੋਕਾਂ ਹੀ ਦੇਣਾ ਹੈ। ਜੇ ਆਪਾਂ ਦਰਖਤ ਮਚਾਏ, ਤਾਪਮਾਨ ਵਧਿਆ, ਫਿਰ ਝਾੜ ਘਟਿਆਗਾ। ਹੁਣ ਅੱਗ ਦੀ ਗੱਲ ਲਾ ਲਓ, ਇਹ ਬਿਨਾਂ ਵਾਹੇ ਵੀ ਸਾ ਸਕਦਾ ਗਾ। ਜਿਹੜਾ ਕਣਕ ਦਾ ਨਾੜ ਹੈਗਾ, ਜੇ ਇਹਨੂੰ 2 ਵਾਰੀ ਆਪਾਂ ਰੋਟਾਵੇਟਰ ਨਾਲ ਵਾਹ ਦਈਏ ਜਾਂ ਤਵੀਆਂ ਨਾਲ ਵਾਹ ਦਈਏ, 5 ਲੀਟਰ ਆਪਣਾ ਵੱਧ ਮੱਚੂਗਾ, ਪਰ ਸੜ ਸਕਦਾ ਗਾ। ਹੁਣ ਜੇ ਮੇਰੀ ਗੱਲ ਕਰਾਂ, ਮੈਂ ਮੇਰਾ ਪਿੰਡ ਭਾਈ ਨਹੀਂ ਦੱਸਾ ਗਾ, ਮੈਂ 2017 ਤੋਂ ਲੈ ਕੇ ਨਾ ਤਾਂ ਕਣਕ ਦੇ ਨਾੜ ਨੂੰ ਅੱਗ ਲਾਈ ਹੈ, ਅਤੇ ਨਾ ਝੋਨੇ ਦੇ ਪਰਾਲ ਨੂੰ ਅੱਗ ਲਾਈ ਹੈ। ਕਿਉਂ ਮੈਨੂੰ ਪੁੱਛੋ, ਮੇਰਾ ਝਾੜ ਕੱਢਿਆ? ਮੇਰਾ ਝਾੜ ਉਹਨਾਂ ਨਿਕਲਦਾ ਗਾ। ਪਰ ਜਿਹੜੀ ਮੂਰਖਤਾ ਵੜ ਗਈ ਕੁਝ ਲੋਕਾਂ ਦੇ ਵਿੱਚ, ਉਹ ਬਹੁਤ ਦੂਰ ਦੀ ਗੱਲ ਆ ਗਈ, ਇਹਨਾਂ ਨੂੰ ਸਮਝਾਉਣਾ ਇਹਨਾਂ ਦੇ ਬੱਸ ਦੀ ਗੱਲ ਨਹੀਂ ਹੈਗੀ, ਇਹ ਪੰਜਾਬ ਨੂੰ ਉਜਾੜਨ 'ਤੇ ਲੱਗੇ ਪਏ ਨੇਗੇ। ਜੇ ਆਹੀ ਹਾਲ ਰਿਹਾ ਤਾਂ ਪੰਜਾਬ ਨੂੰ ਤੁਸੀਂ ਉਜਾੜਨ ਦੇ ਵਿੱਚ ਤੁਸੀਂ ਲੋਕ ਹੋਵੋਗੇ ਜਿਹੜੇ ਇਸ ਤਰ੍ਹਾਂ ਕੰਮ ਕਰ ਰਹੇ ਹੋਗੇ। ਸੋ ਮੇਰੀ ਬੇਨਤੀ ਇਹੀ ਹੈ ਵੀ ਜੇ ਤੁਸੀਂ ਦਰਖਤ ਨਹੀਂ ਲਾਉਣੇ ਤਾਂ ਘੱਟੋ ਘੱਟ ਜਿਹੜੇ ਖੜ੍ਹੇ ਨੇ ਇਹ, ਇਹਨਾਂ ਨੂੰ ਬਚਾ ਲਓ। ਅੱਗ ਲਾਉਣ ਤੋਂ ਪਹਿਲਾਂ ਗੇੜਾ ਦੇ ਲਿਆ ਕਰੋ, ਤਾਂ ਕਿ ਇਹ ਰੋਡ 'ਤੇ ਖੜ੍ਹੇ ਦਰਖਤ ਨੇ ਜਿਹੜੇ ਇਹ ਬਚ ਸਕਣ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਧੰਨਵਾਦ ਜੀ ਸਾਰਿਆਂ ਦਾ।